ਅਸਾ ਵਦ ਸਈ ਬਸਤੀ ਸਨੀ ਪੋਲਾ ਲੈ ਪਾਸੇ ਇਹ ਨਾ ਕਿਆ ਹੈ ਜਗਾ ਦਾ ਟਾਵਰੇ ਦੀ ਬਸਤੀ ਟਾਵਰੇ ਦੀ ਬਸਤੀ ਦੜਾ ਬਾਗਵੜ ਨਾ ਤਾਂ ਸੁਣਿਆ ਉਸ ਦੜਾ ਬਾਗਵੜ ਦਾ ਬੜਾ ਖੂਬਸੂਰਤ ਇਲਾਕਾ ਹੈ ਸਾਕੂ ਜਗਾ ਤੇ ਆ ਤੇ ਮਜ਼ਾ ਆ ਗਏ ਅੱਛਾ ਅੱਜ ਵਲੀ ਮੈਂ ਤੈਸ ਸਈ ਜੀ ਜੀ ਹਾਂ ਇੱਕ ਕਮੈਂਟ ਸੈਂਡ ਦੱਸੋ ਅਸ ਸਹੀ ਲੱਗਦਾ ਪਿਆ ਖਰਾਬ ਲੱਗਦਾ ਵੀ ਤੇਰੇ ਦੀ ਡਰੈਸਿੰਗ ਦੱਸੋ ਤੇ ਵਾਲਾ ਜਵਾਬ ਦਿਓ ਓ ਅੱਛਾ ਜਵਾਬ ਦੇ ਜਵਾਬ ਕਿਆ ਦੇ ਮੈਂ ਜਵਾਬ ਕੁਝ ਲਿਖ ਤੇ ਭੇਜ ਨਾ ਭੇਜੋ ਤਾਂ ਤੁਹਾਡੀ ਸਾ ਲੜਾਈ ਆਂਦਾ ਤੇ ਬਲੌਗ ਕਰਨਾ ਬੜੇ ਸੀ ਬਸ ਅੱਲਾ ਦਾ ਸ਼ੁਕਰ ਹੈ ਸਮਾਂ ਸੋਣ ਸੇ ਜਵਾਬ ਕਿਆ ਦੇ ਸਨ ਹਾਂ ਯਾਰ ਇਤਨੀ ਨਾ ਛੋੜੋ ਡਰੈਸੇ ਨਹੀਂ ਕੋਨ ਆ ਵਾਲਾ ਖੇਲ ਕਿਉਂ ਆਂਦੀ ਪਈ ਖੈਰ ਹੈ ਆਪਣੇ ਆਪ ਦੇ ਕੋ ਨਹੀਂ ਸੁਣੇ ਕਿਆ ਅੱਲਾ ਦਾ ਸ਼ੁਕਰ ਹੈ ਸਾਡੇ ਵਰਗੇ ਕੋਈ ਵੰਦਾ ਦੱਸੋ ਕਮੈਂਟ ਹੈ ਅੱਛਾ ਇੱਕ ਸ਼ੇਰ ਤੁਸੀਂ ਪੇਸ਼ ਕਰੋ ਸਹੀ ਬਿਰਾ ਬਿਰਾਵੇਂ ਦੇ ਦਿਲ ਦੀ ਧੜਕਨ ਅੱਛਾ ਬਿਰਾ ਤਾਂ ਕਹਿੰਦੇ ਤਾਰੇ ਹੁੰਦੇ ਨੇ ਵਾਹ ਵਾਹ ਕੋਝੇ ਸੋਹਣੇ ਜਿੰਦੇ ਵੀ ਹੋਣ ਪਿਆਰੇ ਹੁੰਦੇ ਨੇ ਅੱਛਾ ਬਸ ਅੱਗੇ ਤਾਂ ਕਹਿੰਦੇ ਅੱਗੇ ਤਾਂ ਕਹਾਣੀ ਹੁੰਦਾ ਇਹ ਸਹੀ ਅੱਗੇ ਤਾਂ ਬੋਲ ਗਏ ਨਾਜ਼ਰੀਨ ਨੇ ਸ਼ੇਰ ਵੈਸੇ ਸਹੀ ਆ ਕੇ ਚਸਤਾ ਆ ਗਈ ਜੋ ਖੋਦੀ ਦਾਸ ਸਰ ਨਜ਼ਰ ਆਈ ਤੋ ਖੋਦੀ ਦਾਸ ਸਰ ਇਹ ਹਮਾਰਾ ਵਲੌਗ ਆ ਜਾਇਆ ਹਮ ਚੱਕ ਸ਼ਾਦੀ ਖਾਨੇ ਚੱਕ ਚੱਕ ਮੈਨੂੰ ਬਸ ਬੰਦ ਕਰ ਮੈਂ ਤੇ ਇੱਕਦਮ ਸਹੀ ਤਰੀਕੇ ਦਾ ਅੱਛਾ ਯਾਰ ਇਹ ਥੋੜਾ ਫਨੀ ਠੀਕ ਹੈ ਤੇ ਮਜ਼ਾ ਹਮਸੇ ਤੋ ਆਕੂ ਫੁੱਲ ਵੀਡੀਓ ਦੇਖ ਸਕਦੇ ਵਾਲਾ ਅਜਨ ਕੋ ਨਾਮ ਸੇ ਬਤਾ ਜਨ ਨਾ ਦੇਖੋ ਆ ਦੱਸ 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 ਗੇਨ ਕਿਆ ਕਰ ਅੱਜ ਸਾਇ ਸੇ ਸ਼ਾਦੀ ਕਾਵਣ ਕਿਹੜੀ ਜਗ੍ਹਾ ਤੇ ਬਲਾ ਅੱਛਾ ਟਾਵਰੇ ਦੀ ਸੰਨੀ ਪੁੱਲ ਵਾਲੀ ਸਾਈਡ ਤੇ ਟਾਵਰੇ ਦੀ ਵਸਤੀ ਜਾਮ ਆਜ਼ਮ ਸਾਹਿਬ ਦੀ ਸ਼ਾਦੀ ਹੈ ਅੱਜ ਉਹਨੇ ਕੋ ਸ਼ਾਦੀ ਦੀ ਠੇਕ ਠੇਕ ਮੁਬਾਰਕ ਹੋਵੇ ਕਰ ਮੁਬਾਰਕ ਅੱਛਾ ਫੰਕਸ਼ਨ ਕੀਤੇ ਨੇ ਅੱਲਾ ਨੇ ਕੋ ਸ਼ਾਦ ਤੇ ਬਾਦ ਰੱਖੇ ਖਾਣੇ ਦੇ ਵਿੱਚ ਕਿਆ ਕਿਆ ਯਾਰ ਖਾਣੇ ਦੇ ਵਿੱਚ ਪੁਲਾਵ ਹੋਈ ਚਾਈਨੀ ਚਾਵਲ ਗੋਸ਼ਤ ਵੱਡਾ ਗੋਸ਼ਤ ਕੱਟੇ ਦਾ ਗੋਸ਼ਤ ਸਾਰਾ ਗੋਸ਼ਤ ਡੇਕ ਸਾਰਾ ਬੜਾ ਖਾਣ ਤੇ ਮਜ਼ਾ ਆਏ ਗੋਸ਼ਤ ਤੇ ਇਹ ਗੋਸ਼ਤ ਤੇ ਵੱਡਾ ਗੋਸ਼ਤ ਚੇਂਜ ਹੁੰਦੇ ਨਹੀਂ ਇੱਕੋ ਹੁੰਦੇ ਇਹ ਇੱਥਾ ਚੇਂਜ ਹੈ ਇੱਥਾ ਉਹ ਇੱਕੋ ਹੁੰਦੇ ਇੱਥਾ ਚੇਂਜ ਹੈ ਮੁਰਗੀ ਚੇਂਜ ਹੈ ਸਾਰਾ ਕੁਝ ਚੇਂਜ ਹੈ ਖੀਰ ਆਈ ਗਜਰੇਲਾ ਆਈ ਅੱਛਾ ਬੋਤਲਾਂ ਚਾਹ ਆਈ ਮਜ਼ਾ ਆ ਗਿਆ ਪੀ ਤੇ ਅੱਛਾ ਅੱਲਾ ਇਹਨਾਂ ਕੋ ਖੁਸ਼ ਰੱਖੇ ਖਾ ਤੇ ਖਾਣਾ ਪੀ ਤੇ ਮਜ਼ਾ ਆ ਗਿਆ ਖਾ ਤੇ ਮਜ਼ਾ ਆਏ ਪੀ ਤੇ ਹੀ ਮਜ਼ਾ ਆਏ ਅੱਛਾ ਬਿਆ ਤੁਸੀਂ ਕੀ ਆਖਣਾ ਚਾਹੋ